ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਖਦੇ ਪਿਓ ਜੀ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਸੰਗਤਾਂ ਨੂੰ ਅੱਜ ਅਸੀਂ ਦਰਸ਼ਨ ਕਰਾ ਰਹੇ ਆ ਮੇਲੇ ਦੇ ਜੋ ਕਿ ਸ਼ਹੀਦੀ ਜੋੜ ਮੇਲਾ ਬਾਬਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨਗਰ ਦੇ ਵਿੱਚ ਲੱਗਿਆ ਹੈ। ਅੱਜ ਤਰੀਕ 9 ਅਪ੍ਰੈਲ ਜਿਹੜੀ ਹੈ 9 ਅਪ੍ਰੈਲ ਨੂੰ ਬਹੁਤ ਭਾਰੀ ਜਿਹੜਾ ਸ਼ਹੀਦੀ ਜੋੜ ਮੇਲਾ ਆ ਇੱਥੇ ਲੱਗਿਆ ਪਿਆ ਆ ਅਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਜਿਹੜੇ ਆ ਸ਼ਹੀਦੀ ਜੋੜ ਮੇਲੇ ਦੇ ਕਰਵਾਉਂਦੇ ਹਾਂ। ਇਸ ਟਾਈਮ ਅਸੀਂ ਪਹੁੰਚੇ ਹੋਏ ਹਾਂ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨਗਰ ਜਿੱਥੇ ਕਿ ਸ਼ਹੀਦੀ ਜੋੜ ਮੇਲਾ ਚੱਲਦਾ ਪਿਆ ਆ। ਅੱਜ 9 ਅਪ੍ਰੈਲ ਨੂੰ ਸੰਗਤਾਂ ਦਾ ਪੂਰੇ ਜੋਸ਼ ਖਰੋਸ਼ ਦੇ ਨਾਲ ਪਹੁੰਚਣਾ ਅਤੇ ਦਰਸ਼ਨ ਮੇਲੇ ਕਰਨੇ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਇਸੇ ਤਰ੍ਹਾਂ ਬਣੇ ਰਹੋ, ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਮੇਲੇ ਦੇ ਅਤੇ ਮੇਲਾ ਦਿਖਾਉਂਦੇ ਹਾਂ। ਚਲੋ ਆਪਾਂ ਦਰਸ਼ਨ ਕਰਦੇ ਹਾਂ, ਸਾਰਾ ਮੇਲਾ ਘੁੰਮ ਕੇ ਤੁਹਾਨੂੰ ਦਿਖਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ ਧਰਤੀ 'ਤੇ ਅੱਜ ਜੋੜ ਮੇਲਾ ਮਨਾਇਆ ਜਾਂਦਾ ਬੜੀ ਧੂਮਧਾਮ ਨਾਲ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਬਾਬਾ ਗੁਰਦਿੱਤ ਸਿੰਘ ਹੁੰਦਾ ਰਿਹਾ ਸੀ, ਉਹ ਇੱਥੇ ਜੋੜ ਮੇਲਾ ਮਨਾਉਂਦਾ ਰਿਹਾ। ਉੱਥੋਂ ਫਰੀਦ ਚੱਲੀ ਆਈ, ਬਾਬਾ ਕਾਹਨ ਸਿੰਘ ਹੁੰਦਾ ਰਿਹਾ, ਉਹ ਤੋਂ ਬਾਅਦ ਫਿਰ ਬਾਬਾ ਕਰਨੈਲ ਸਿੰਘ ਜੀ ਇੱਥੇ ਜਿੰਨੇ ਸੇਵਾ ਕੀਤੀ ਅਤੇ ਡਾਕਟਰ ਜਗਜੀਤ ਸਿੰਘ ਜੀ, ਉਹਦੀ ਸੰਗਤਾਂ ਦੇ ਨਾਲ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਬਹੁਤ ਧੂਮਧਾਮ ਨਾਲ। ਇੰਨੀਆਂ ਸੰਗਤਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਜੀ ਪਿੰਡ ਗੁਰਦਾਸ ਨਗਰ ਦੇ ਸਾਬਕਾ ਸਰਪੰਚ ਜਿਨ੍ਹਾਂ ਦੇ ਤੁਸੀਂ ਹੁਣੇ ਹੁਣੇ ਦੇਖਿਆ ਜਿਨ੍ਹਾਂ ਨੂੰ, ਅਤੇ ਅਸੀਂ ਤੁਹਾਨੂੰ ਅੰਦਰ ਲੈ ਕੇ ਜਾ ਰਹੇ ਹਾਂ ਅਤੇ ਦਰਸ਼ਨ ਕਰਵਾਉਂਦੇ ਹਾਂ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ। ਅਤੇ ਸੰਗਤ ਦਰਸ਼ਨ ਤੁਸੀਂ ਕਰਦੇ ਪਏ ਹੋ ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਸੰਗਤਾਂ ਦੇ ਵਿੱਚ ਹੀ ਰੱਬ ਵਸਦਾ, ਅਤੇ ਸੰਗਤ ਦਰਸ਼ਨ ਤੁਸੀਂ ਕਰੋ।
Thank you.